أعوذ بالله من الشيطان الرجيم بسم الله الرحمن الرحيم ابتدا ہے رب جلیل کے بابرکت نام سے جو دلوں کے حال خوب جانتا ہے دیکھتی آنکھوں سنتے کانوں سب کو مصطفیٰ ٹی وی کی جانب سے السلام علیکم ورحمۃ اللہ کیا ہو دوستو ہوں تو نو تازہ سبزی دی اج دے ریٹ معلوم کر کے دسنے تاکہ تسی آسانی نال بازارو جا کے अच्छी सब्जी मुनासिब रेट पे खरीद सको। भाई जान मर्चा की पाने जी? भाई ने सुबह बेची 120 रुपए, होम रेट हो गया 100 रुपए, डिग पे रेट है। अच्छा, सिर्फ 100 रुपए किलो है ने। मतलब बाजार डाउन हो गया? डाउन हो गया। अच्छा अच्छा, मर्चा सिर्फ चाचा 100 रुपए। चलो 100 रुपए। माशाल्लाह भी गाजरां बढ़िया आज जानदार ले आंदी है। ਕਿੱਥੋਂ ਲਿਆਇਆ ਭਾਈ? ਇਹ ਅਮਰੀਕਾ ਚੋਂ। ਵਾਹ ਜੀ ਵਾਹ, ਬੜੀਆਂ ਜ਼ਬਰਦਸਤ ਗਾਜਰਾਂ। ਕੀ ਰੇਟ ਆ? ਸਿਰਫ 80 ਰੁਪਏ ਕਿਲੋ। 80 ਰੁਪਏ ਕਿਲੋ, ਵਾਹ ਭਾਈ ਵਾਹ, ਬੜੀਆ ਮੁਨਾਸਿਬ ਜੀ। ਬੜੀ ਜ਼ਬਰਦਸਤ ਗਾਜਰ, ਤਾਂ ਤਰਾ ਵੇਖੋ ਤਬੀਅਤ ਸਾਫ਼ ਹੋ ਜਾਏਗੀ ਮਾਸ਼ਾਅੱਲਾ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਭਾਜੀ, ਕੀ ਹਾਲ ਹੈ ਜਨਾਬ? ਸੋਹਣੇ ਹੋ? ਸ਼ੁਕਰ ਅਲਹਮਦੁਲਿਲਾ ਜੀ, ਤੁਸੀਂ ਸੁਣਾਓ? ਅਲਹਮਦੁਲਿਲਾ ਜੀ, ਅਲਹਮਦੁਲਿਲਾ ਜੀ। ਵੇਚਿਆ ਭਾਈ ਜਾਣਾ? ਅੱਜ ਭਾਈ ਜਾਣਾ ਅਸੀਂ ਧਨੀਆ ਵੇਚਿਆ ਜੀ, ਭਿੰਡੀ ਵੇਚੀ ਸੀ, ਯਾਰ ਤੇ ਜਾਨ ਨੂੰ ਰੋਂਦੇ ਬੈਠੇ ਆ। ਅੱਛਾ, ਧਨੀਆ ਕੀ ਭਾਅ ਵੇਚਿਆ ਜੀ? ਧਨੀਆ 250 ਰੁਪਏ ਕਿਲੋ। ਧਨੀਆ 250 ਰੁਪਏ ਕਿਲੋ, ਮਹਿੰਗਾ ਹੋ ਗਿਆ ਅੱਜ? ਹਾਂ ਜੀ, ਅੱਜ ਨਾ ਥੋੜਾ ਨਾ ਆਉਣ ਦੀ ਵਜ੍ਹਾ ਨਾਲ ਮਹਿੰਗਾ ਹੋ ਗਿਆ ਜੀ। ਅੱਛਾ ਅੱਛਾ, ਆੜਤੀ ਵੀ ਚੌੜੇ ਹੋ ਗਏ ਤੇ ਫੜੀਏ ਵੀ ਚੌੜੇ ਹੋ ਗਏ। ਅੱਛਾ ਅੱਛਾ, ਤੇ ਲਿਜਾਣ ਵਾਲਿਆਂ ਦੀ ਭੈਣ ਨੂੰ ਲੈਣ ਵੜ ਗਏ? ਓਏ ਹੋਏ ਹੋਏ। ਅਸਲਾਮ ਵਾਲੇਕੁਮ ਜੀ। ਬਾਬਾ ਜੀ ਫਿਰ ਉਹੀ ਗੱਲ ਕਿ ਤੁਸੀਂ, ਮੈਂ ਜਦੋਂ ਵੀ ਆਉਂਦਾ ਚਾਹ ਪੀਂਦੇ ਹੁੰਦੇ ਜੇ, ਕੋਈ ਕੰਮ ਕਾਰ ਵੀ ਕਰਿਆ ਕਰੋ। ਅੱਲਾ ਹੁਣ ਭੁੱਖੇ ਮਰ ਜਾਈਏ? ਨਹੀਂ ਭੁੱਖੇ, ਮੈਂ ਕਦੋਂ ਕਹਿੰਦਾ ਭੁੱਖੇ ਮਰ ਜਾਓ? ਅੱਲਾ ਪਾਕ ਚਾਹ ਨਾ ਘੁੱਟ ਪੀਏ। ਨਾਨ ਤਾਂ ਮੈਂ ਖਾਂਦਾ ਨਹੀਂ। ਨਾਨ ਕਿਉਂ ਨਹੀਂ ਖਾਂਦੇ ਜੀ? ਇਹ ਚਾਵਲ ਹੀ ਨਹੀਂ ਖਾਂਦਾ। ਵਜ੍ਹਾ ਕੀ ਹੈ? ਤੂੰ ਮੈਨੂੰ ਦੇਖਣਾ ਨਹੀਂ ਚਾਹੁੰਦਾ? ਲੈਣ ਵਾਲਾ ਉਹ ਆ ਗਿਆ ਵੇ। ਬੈਂਗਣ ਕੀ ਰੇਟ ਨੇ ਜੀ? ਬੈਂਗਣ ਹੋ ਗਿਆ 150 ਰੁਪਏ ਕਿਲੋ। 150 ਕਿਲੋ, ਮਾਸ਼ਾਅੱਲਾ। ਬੈਂਗਣ ਬੜੇ ਜਾਬਰ ਲਿਆਂਦੇ ਕਿਤੇ ਤੁਸੀਂ? ਸੋਹਣੇ ਲਿਆਂਦੇ, ਕਾਣੇ ਨਹੀਂ ਹੈਗੇ। ਕਰੇਲੇ? ਕਰੇਲੇ 150 ਲੈ ਲਓ। ਕਰੇਲੇ ਵੀ ਜ਼ਬਰਦਸਤ ਦੇਖ ਲਓ ਜੀ, ਮਾਸ਼ਾਅੱਲਾ। ਤਾਜ਼ੇ ਕਰੇਲੇ ਤੇ ਤਾਜ਼ੇ ਬੈਂਗਣ 150 ਰੁਪਏ ਕਿਲੋ। ਸਬਜ਼ੀ ਤਕਰੀਬਨ ਸਾਰੀ 150 ਰੁਪਏ ਕਿਲੋ ਵਿਕੀ ਜੀ ਅੱਜ। ਸਾਰੀ ਮੰਡੀ 'ਚ ਇਕੱਲਾ ਮੈਂ ਨਹੀਂ, ਹਾਂਜੀ ਸਾਰੇ ਇੱਦਾਂ ਕਰੇ। 710 ਰੁਪਏ ਛਾਪਰ ਹੈ। ਮਹਿੰਗਾਈ ਹੋ ਗਈ ਭਾਜੀ, ਹਰ ਚੀਜ਼ ਮਹਿੰਗੀ ਹੋ ਗਈ। ਇੱਕ ਆਹ ਭਾਣ ਬੈਠੇ ਨੇ ਜੀ ਭਿੰਡੀ ਲੈ ਕੇ, ਭਿੰਡੀ ਮਾਸ਼ਾਅੱਲਾ ਇਹਨਾਂ ਦੀ ਬੜੀ ਜ਼ਬਰਦਸਤ ਆ ਜੀ। ਕੀ ਰੇਟ ਹੈ ਭਾਈ ਜਾਨ? 120 ਰੁਪਏ ਕਿਲੋ। 120 ਰੁਪਏ ਕਿਲੋ। ਅਤੇ ਗਾਜਰਾਂ? ਗਾਜਰਾਂ 100 ਰੁਪਏ ਕਿਲੋ। ਗਾਜਰਾਂ ਬੜੀਆਂ ਜਾਬਰ ਨੇ। ਅਤੇ ਸਬਜ਼ੀ ਕਿਵੇਂ ਅੱਜ, ਕਿਸ ਰੇਟ 'ਤੇ ਮਿਲੀ ਜੀ? ਮਹਿੰਗੀ ਮਿਲੀ, ਸਸਤੀ ਵਿਕੀ? ਸਸਤੀ ਸਸਤੀ ਵਿਕੀ, ਹਾਂਜੀ। ਮੁਨਾਸਿਬ ਰੇਟ ਹੈ ਜੀ ਅੱਜ। ਮੁਨਾਸਿਬ ਰੇਟ। ਗੋਭੀ 120 ਰੁਪਏ ਕਿਲੋ। ਗੋਭੀ, ਗੋਭੀ ਵੀ ਸੋਹਣੀ, 120 ਰੁਪਏ ਕਿਲੋ। ਰਵਾ ਕੀ ਰੇਟ ਨੇ ਲਾਲਾ? 120 ਰੁਪਏ। ਬੈਂਗਣ? 130 ਰੁਪਏ। ਬੈਂਗਣ ਮਾਸ਼ਾਅੱਲਾ ਜੀ ਤੁਹਾਡੇ ਸੋਹਣੇ ਨੇ, ਅਤੇ ਤੁਸੀਂ 130 ਵੇਚ ਰਹੇ ਹੋ ਬਾਬਾ, 150 ਵੇਚ ਰਿਹਾ ਵਾ। ਬੜੀ ਗੱਲ ਹੈ ਜੀ, ਬੜੀ ਗੱਲ ਹੈ। ਚਲੋ, ਕਿਸੇ ਦੇ ਦਿਲ 'ਚ ਤਾਂ ਗਰੀਬ ਆਵਾਮ ਵਾਸਤੇ ਮੁਹੱਬਤ ਦੇ ਅਲਫਾਜ਼ ਹੈ ਨਾ ਜੀ। ਅਤੇ ਕਰੇਲੇ? ਕਰੇਲਾ ਵੀ 130। ਕਰੇਲੇ ਵੀ ਮਾਸ਼ਾਅੱਲਾ ਜ਼ਬਰਦਸਤ, 600 ਦਾ ਛਾਪਾ ਲੈ ਕੇ 130 ਵੇਚ ਰਹੇ ਆਪਾਂ। ਭਾਈ ਤੇਰਾ ਹੀ ਹੌਸਲਾ ਲਾਲਾ, 650 ਦਾ ਛਾਪਰ ਲੈ ਕੇ ਵਾਰਾ ਤਾਂ ਨਹੀਂ ਖਾਂਦੇ। ਚਲੋ ਜੀ, ਅੱਲਾ ਤਾਲਾ ਤੁਹਾਡੇ ਕਾਰੋਬਾਰ ਬਰਕਤ ਪਾਏ। ਨਿੰਬੂ ਕੀ ਰੇਟ ਨੇ ਲਾਲਾ? ਨਿੰਬੂ ਭਾਈ 160 ਰੁਪਏ। 160 ਰੁਪਏ ਨਿੰਬੂ ਜੀ। ਅਤੇ ਸਦਾਬਹਾਰ? ਸਦਾਬਹਾਰ ਕਿੰਨੇ ਕਹਿੰਦਾ ਤੂੰ? ਬੰਦ ਗੋਭੀ ਕੀ ਰੇਟ ਆ? 150 ਰੁਪਏ ਕਿਲੋ ਜੀ। ਫੁੱਲ ਗੋਭੀ ਵੀ 150 ਰੁਪਏ ਕਿਲੋ। ਮਾਸ਼ਾਅੱਲਾ ਜੀ, ਸੋਹਣੀ ਸਬਜ਼ੀ 150 ਰੁਪਏ ਕਿਲੋ ਜੀ। ਸਾਰੀ ਸਬਜ਼ੀ ਤਕਰੀਬਨ 150 ਰੇਟ ਹੈ ਜੀ। ਗੋਭੀ 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 ਛਾਪਰੇ
फ्लोटर की रेट है भाई? ज्यादा उठे तो बंद करके जाइए ने चैनल बना लिया। धनिया की रेट है? धनिया पहले 200 और 400। अच्छा महंगा हो गया आज? हाँ की वजह बने कि ज़्यादा आया कम आया कि थोड़ा या ज़्यादा आया मंडी के सामने हो गया। अच्छा चलो अल्लाह पाक रोजी दे जी सामने रोजी।